ਮਿਰਸਰ ਦੇ ਵਿੱਚ ਬੇਹੱਦ ਮੰਦਭਾਗੀ ਘਟਨਾ ਵਾਪਰੀ ਹੈ ਕੇਕ ਕਟਣ ਨੂੰ ਲੈ ਕੇ ਨਿੱਕੀ ਜੀ ਗੱਲ ਨੂੰ ਲੈ ਕੇ ਵੱਡੀ ਵਾਰਦਾਤ ਵਾਪਰੀ ਹੈ ਦੇਖੋ ਮੈਂ ਕਹਿਣਾ ਕਿ ਪੰਜਾਬ ਦੇ ਮੱਥੇ ਦੇ ਉੱਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਕਲੰਤ ਗੋਲੀ ਚਲਾਉਣ ਨਾਲ ਸਾਹਮਣੇ ਵਾਲਾ ਤਾਂ ਮਰਦੇ ਜਿਹੜਾ ਚਲਾ ਰਿਹਾ ਹੁੰਦਾ ਉਹ ਵੀ ਮਰ ਜਾਂਦਾ ਮੈਂਟਲੀ ਵੀ ਮਰਦਾ ਉਹ ਬੰਦਾ ਮਾਰਨਾ ਕੋਈ ਸੌਖੀ ਗੱਲ ਨਹੀਂ ਹੁੰਦੀ ਪੰਜਾਬ ਇੱਧਰ ਕਿਉਂ ਗਿਆ ਸਾਡੇ ਸਾਰਿਆਂ ਦਾ ਫਿਕਰ ਹੋਣਾ ਚਾਹੀਦਾ ਸਾਡੇ ਸਾਰਿਆਂ ਦੇ ਮਨ 'ਚ ਇਹ ਸਵਾਲ ਹੋਣਾ ਚਾਹੀਦਾ ਪੰਜਾਬ ਤੇ ਲੋਕਾਂ ਦੇ ਈਸ਼ੂ ਤੇ ਗੱਲ ਕਰਨ ਵਾਲੀ ਸਟੇਟ ਸੀ ਪੰਜਾਬ ਤਾਂ ਸਰਬੱਤ ਦੀ ਗੱਲ ਕਰਨ ਵਾਲੀ ਸਟੇਟ ਆ ਪੰਜਾਬ ਤਾਂ ਆਪਣੇ ਬਾਰੇ ਗੱਲ ਨਹੀਂ ਕਰਦਾ ਸੀ ਬਾਕੀਆਂ ਬਾਰੇ ਗੱਲ ਕਰਦਾ ਸੀ ਸਾਡੇ ਗੁਰੂਆਂ ਨੇ ਸਾਡੇ ਫਲਸਫੇ ਨੇ ਸਾਨੂੰ ਇਹ ਸਿਖਾਇਆ ਕਿੱਧਰ ਨੂੰ ਜਾ ਰਿਹਾ ਪੰਜਾਬ ਇਹ ਸੋਚਣ ਦੀ ਲੋੜ ਆ ਹਥਿਆਰ ਇਸ ਗੱਲ ਦੇ ਲਈ ਹੁੰਦਾ ਕਿ ਆਪਸ ਤੁਸੀਂ ਖੂਨੀ ਜੰਗਾਂ ਛੇੜੋ ਇਹ ਖੂਨੀ ਜੰਗਾਂ ਪੰਜਾਬ ਦੀ ਤਬਾਹੀ ਵੱਲ ਲੈ ਕੇ ਜਾਣਗੀਆਂ ਪੰਜਾਬ ਨੂੰ ਲਿਆ ਰਹੀਆਂ ਨੇ ਪੰਜਾਬ ਜਾ ਰਿਹਾ ਹੈ ਫਿਰ ਜਿਸ ਤਰ੍ਹਾਂ ਦਾ ਪੂਰਾ ਸੱਭਿਆਚਾਰਕ ਮਾਹੌਲ ਬਣਾਇਆ ਜਾ ਰਿਹਾ ਸੱਭਿਆਚਾਰਕ ਗਾਣੇ ਜਿਸ ਤਰ੍ਹਾਂ ਦੇ ਆ ਰਹੇ ਉਹ ਇਨਸਟੀਗੇਟ ਕਰਦੇ ਨੇ ਇਨਸਟੀਗੇਟ ਕਰਨਾ ਤਾਂ ਕ੍ਰਾਈਮ ਆ ਨਾ ਐਂਟਰਟੇਨਮੈਂਟ ਕਰਨਾ ਲੱਗਾ ਇਸ ਅਟਰੈਕਟਿਵ ਚੀਜ਼ਾਂ ਤੋਂ ਲੋਕ ਹਮੇਸ਼ਾ ਪ੍ਰਭਾਵਿਤ ਹੁੰਦੇ ਨੇ ਉਹ ਪ੍ਰਭਾਵ ਗਾਣਿਆਂ 'ਚ ਵੀ ਆ ਉਹ ਪ੍ਰਭਾਵ ਹਥਿਆਰਾਂ 'ਚ ਵੀ ਆ ਫਿਲਮਾਂ 'ਚ ਵੀ ਆ ਇਹ ਸਾਰੀਆਂ ਚੀਜ਼ਾਂ ਤੋਂ ਬਚਣਾ ਜ਼ਰੂਰੀ ਹੈਗਾ ਇਹ ਸਾਰੀਆਂ ਗੱਲਾਂ ਤੇ ਮੈਂ ਕਹਿਣਾਗਾ ਕਿ ਕਹਤਾਂ ਉਹ ਜਦੋਂ ਜਿਹੜੇ ਯੂਥ ਨੂੰ ਗਰਾਊਂਡ 'ਚ ਹੋਣਾ ਚਾਹੀਦਾ ਕੰਮ 'ਤੇ ਹੋਣਾ ਚਾਹੀਦਾ ਨਾ ਤਾਂ ਗਰਾਊਂਡ 'ਚ ਆ ਤੇ ਨਾ ਕੰਮ 'ਤੇ। ਅਕਲ ਜਿਹੜੀ ਪੈਟਰਨਾਈਜੇਸ਼ਨ ਆ ਉਹ ਵੀ ਇੱਕੇ ਦਾ ਕਾਰਨ। ਥੋੜੇ ਜੇ ਕਿਸੇ ਲੀਡਰ ਨਾਲ ਤੁਹਾਡੇ ਲਿੰਕ ਹੋਣ ਤੁਹਾਨੂੰ ਲੱਗਦਾ ਸਾਨੂੰ ਤਾਂ ਉਹ ਛਡਾ ਲਊਗਾ। ਕਿਸੇ ਨੇ ਨਹੀਂ ਛਡਣਾ ਹੁੰਦਾ ਬਾਅਦ 'ਚ। ਤਾਂ ਮੈਨੂੰ ਲੱਗਦਾਗਾ ਕਿ ਪੰਜਾਬ ਦੀ ਬਰਬਾਦੀ ਦੀ ਇਬਾਰਤ ਲਿਖੀ ਜਾ ਰਹੀ ਹੈ ਜੇ ਅਸੀਂ ਨਾ ਇਹ ਸਾਰਿਆਂ ਨੇ ਸੋਚਿਆ ਨਾ ਇਹ ਰੋਕਿਆ ਤਾਂ ਪੰਜਾਬ ਬਹੁਤ ਵੱਡੇ ਸਵਾਲ ਸਭ ਨੂੰ ਕਰੇਗਾ ਕਿ ਜਦੋਂ ਇਹ ਹੋ ਰਿਹਾ ਸੀ ਤੁਸੀਂ ਕਿੱਥੇ ਸੀ? ਗੁਰਦੈਸ ਸਿੰਘ ਕਰਨ ਸਮਾਜ ਨੂੰ ਪਰਿਵਾਰਾਂ ਨੂੰ ਕਰਨਾ ਕੀ ਚਾਹੀਦਾ ਤਾਂ ਜੋ ਕਿ ਇਹਨਾਂ ਦਾ ਹੱਲ ਹੋ ਸਕੇ ਅਸਲ ਗੱਲ ਇਹ ਨਹੀਂ ਹੈਗੀ ਅਸਲ ਹੀਰੋਇਨ ਨਹੀਂ ਹੈਗੇ ਫਿਲਮਾਂ ਵਾਲੇ ਜਾਂ ਗਾਣੇ ਵਾਲੇ ਅਸਲ ਹੀਰੋ ਸਾਡੇ ਗੁਰੂ ਸਾਹਿਬ ਦੀ ਸਾਡੇ ਨਾਇਕ ਨੇ ਦੁੱਲਾ ਪੱਟੀ ਵਰਗੇ ਅੰਮ੍ਰਿਤਸਰ ਦੇ ਵਿੱਚ ਮਹਿਜ਼ ਕੇਕ ਨੂੰ ਲੈ ਕੇ ਚੱਲੀਆਂ ਗੋਲੀਆਂ ਦੋ ਨੌਜਵਾਨਾਂ ਦੀ ਹੋਈ ਮੌਤ ਆਖਿਰ ਕਿੱਧਰ ਨੂੰ ਜਾ ਰਹੀ ਹੈ ਪੰਜਾਬ ਦੀ ਨੌਜਵਾਨ ਪੀੜ੍ਹੀ ਇਸੇ ਨੂੰ ਵੀ ਡੀਕੋਡ ਕਰਦੇ ਆ ਸਾਡੇ ਪ੍ਰੋਗਰਾਮ ਰਾਜਨੀਤੀ ਡੀਕੋਡ ਦੇ ਵਿੱਚ ਤੇ ਗੱਲਬਾਤ ਕਰਦੇ ਆ ਪ੍ਰੋ ਪੰਜਾਬ ਟੀਵੀ ਦੇ ਸੰਪਾਦਕ ਯਾਦਵਿੰਦਰ ਸਿੰਘ ਉਹਨਾਂ ਦੇ ਨਾਲ ਤਾਂ ਯਾਦਵਿੰਦਰ ਜੀ ਅੰਮ੍ਰਿਤਸਰ ਦੇ ਵਿੱਚ ਬੇहद ਮੰਦਭਾਗੀ ਘਟਨਾ ਵਾਪਰੀ ਹੈ ਕੇਕ ਕਟਣ ਨੂੰ ਲੈ ਕੇ ਨਿੱਕੀ ਜੀ ਗੱਲ ਨੂੰ ਲੈ ਕੇ ਵੱਡੀ ਵਾਰਦਾਤ ਵਾਪਰੀ ਹੈ ਕੀ ਕਹਿਣਾ ਚਾਹੋਗੇ ਦੇਖੋ ਮੈਂ ਕਹਿਣਾ ਕਿ ਪੰਜਾਬ ਦੇ ਮੱਥੇ ਦੇ ਉੱਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਕਲੰਕ ਨੇ ਹੂੰ ਕਿੱਧਰ ਨੂੰ ਜਾ ਰਿਹਾ ਪੰਜਾਬ ਇੱਕ ਸ਼ਰਮ ਦੀ ਗੱਲ ਹੈ ਇੱਕ ਬਰਥਡੇ ਪਾਰਟੀ ਚ ਆਏ ਹੋਏ ਯਾਨੀ ਜਾਣ ਪਛਾਣ ਵਾਲੇ ਲੋਕ ਹੀ ਆਏ ਆ ਨਾ ਇੱਕ ਦੂਜੇ ਨੂੰ ਜਾਣਦੇ ਆ ਪੰਜਾਬੀ ਐ ਅਮਰਸਰ ਦੇ ਰਹਿਣ ਵਾਲੇ ਆ ਜੇ ਕੋਈ ਮਾੜੀ ਮੋਟੀ ਗੱਲ ਹੋ ਵੀ ਗਈ ਜੀ ਤਾਂ ਉਸ ਗੱਲ ਦੇ ਉੱਤੇ ਐਸ ਹੱਦ ਤੱਕ ਚਲੇ ਜਾਣਾ ਗੋਲੀਆਂ ਚਲੇ ਚੱਲ ਜਾਣੀਆਂ ਇਹ ਪੰਜਾਬ ਦੀ ਮਾਨਸਿਕਤਾ ਬਾਰੇ ਕੁਝ ਕਹਿ ਰਿਹਾਗਾ ਇਹ ਇਹ ਸਿਰਫ ਇੱਕ ਘਟਨਾ ਦੇ ਤੌਰ ਤੇ ਨਹੀਂ ਦੇਖਣਾ ਚਾਹੀਦਾ ਪੰਜਾਬ ਦੇ ਅੰਦਰ ਮਾਹੌਲ ਕੀ ਬਣ ਰਿਹਾ ਪੰਜਾਬ ਦੇ ਅੰਦਰ ਜਿਹੜੇ ਹੱਥਾਂ 'ਚ ਹਥਿਆਰ ਆ ਗਏ ਲੀਗਲ ਇਲੀਗਲ ਹੂੰ ਲੀਗਲ ਵੀ ਇੰਨੇ ਹਥਿਆਰ ਬਣ ਗਏ ਕਿ ਹਰ ਬੰਦਾ ਜਾ ਕੇ ਜਿੱਥੇ ਫਰਸਟ੍ਰੇਸ਼ਨ ਆ ਹਥਿਆਰ ਚਲਾ ਦਿੰਦਾ ਪਹਿਲਾਂ ਕੋਈ ਕੁੱਟ ਦਿੰਦਾ ਸੀ ਕੋਈ ਲੱਤਾਂ ਤੋੜਨਦਾ ਸੀ ਕੋਈ ਕੁਝ ਕਰਨਦਾ ਸੀ ਹੁਣ ਜਿਹਦੇ ਮਰਜ਼ੀ ਜਾ ਕੇ ਗੋਲੀ ਮਾਰੋ ਮਾਵਾ ਦੇ ਪੁੱਤ ਮਰਦੇ ਨੇ ਔਰ ਇੱਕ ਨਿਰਾਸ਼ਾ ਪੰਜਾਬ ਦੇ ਅੰਦਰ ਆਉਂਦੀ ਹੈ ਇਹ ਫਰਸਟ੍ਰੇਸ਼ਨ ਚੋਂ ਆ ਔਰ ਬਹੁਤ ਸਾਰੇ ਗਾਣੇ ਉਸ ਤਰ੍ਹਾਂ ਦੇ ਆਉਂਦੇ ਨੇ ਬਹੁਤ ਸਾਰਾ ਮਾਹੌਲ ਉਸ ਤਰ੍ਹਾਂ ਦਾ ਬਣਦਾ ਜਿੱਦੇ ਚ ਨਵੀਂ ਪੀੜ੍ਹੀ ਹੈ ਜਿਹੜੀ ਉਹਨੂੰ ਸਮਝ ਨਹੀਂ ਹੁੰਦੀ ਜਿਹੜਾ ਬੰਦਾ ਸਮਝਦਾਰ ਉਹ ਗਾਣਾ ਵੀ ਸੁਣ ਲੂ ਪਰ ਕਦੇ ਗਲਤ ਐਕਟ ਨਹੀਂ ਕਰੂਗਾ ਐਂਟਰਟੇਨਮੈਂਟ ਦੇ ਤੌਰ ਤੇ ਦੇਖ ਲੂ ਪਰ ਇਹ ਨਵਾਂ ਮੁੰਡਾ ਹੁੰਦਾ ਉਹਨੂੰ ਨਹੀਂ ਪਤਾ ਹੁੰਦਾ ਉਹਨੂੰ ਇਹ ਉਹਦੇ ਕੋਲੇ ਐਨਲਿਸਿਸ ਨਹੀਂ ਹੁੰਦਾਗਾ ਕਿ ਇਹ ਘਟਨਾਵਾਂ ਦਾ ਅਸਰ ਜ਼ਿੰਦਗੀ ਭਰ ਤੇ ਕੀ ਹੁੰਦਾ ਜਨਾਂ ਨੇ ਚਲਾਈ ਉਹ ਵੀ ਮਰ ਗਏ ਗੋਲੀ ਚਲਾਉਣ ਨਾਲ ਸਾਹਮਣੇ ਵਾਲਾ ਤਾਂ ਮਰਦੇ ਜਿਹੜਾ ਚਲਾ ਰਿਹਾ ਹੁੰਦਾ ਉਹ ਵੀ ਮਰ ਜਾਂਦਾ ਮੈਂਟਲੀ ਵੀ ਮਰਦਾ ਉਹ ਬੰਦਾ ਮਾਰਨਾ ਕੋਈ ਸੌਖੀ ਗੱਲ ਨਹੀਂ ਹੁੰਦੀ ਇਸ ਕਰਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਪੰਜਾਬ ਨੂੰ ਇੱਕ ਉਹ ਦਿਸ਼ਾ ਚ ਲੈ ਜਾ ਰਹੀਆਂ ਨੇ ਜਿੱਧਰ ਪੰਜਾਬ ਨਹੀਂ ਜਾਣਾ ਚਾਹੀਦਾ ਸੀਗਾ ਪੰਜਾਬ ਇੱਧਰ ਕਿਉਂ ਗਿਆ ਸਾਡੇ ਸਾਰਿਆਂ ਦਾ ਫਿਕਰ ਹੋਣਾ ਚਾਹੀਦਾ ਸਾਡੇ ਸਾਰਿਆਂ ਦੇ ਮਨ 'ਚ ਇਹ ਸਵਾਲ ਹੋਣਾ ਚਾਹੀਦਾ ਬੜੇ ਦੁੱਖ ਦੀ ਗੱਲ ਆ ਗਈ ਇਹ ਕਿ ਇੱਕ ਥਾਂ ਦੇ ਉੱਤੇ ਜਿੱਥੇ 25 ਨੌਜਵਾਨ ਜੁੜੇ ਨੇ ਬਰਥਡੇ ਮਨਾ ਰਹੇ ਨੇ ਕੇਕ ਕੱਟ ਰਹੇ ਨੇ ਕੇਕ ਕੱਟਣ ਤੇ ਲੜਾਈ ਹੋ ਜਾਂਦੀ ਹੈ ਤੇ ਗੋਲੀਆਂ ਚੱਲ ਜਾਂਦੀਆਂ ਤੇ ਪੰਜਾਬ ਜਿਸ ਜਿਸ ਦਾ ਇੱਕ ਅਕੀਦਾ ਹੀ ਹੋਰ ਸੀਗਾ ਪੰਜਾਬ ਤੇ ਲੋਕਾਂ ਦੇ ਈਸ਼ੂ ਤੇ ਗੱਲ ਕਰਨ ਵਾਲੀ ਸਟੇਟ ਸੀ ਪੰਜਾਬ ਤਾਂ ਸਰਬੱਤ ਦੀ ਗੱਲ ਕਰਨ ਵਾਲੀ ਸਟੇਟ ਆ ਪੰਜਾਬ ਤਾਂ ਆਪਣੇ ਬਾਰੇ ਗੱਲ ਨਹੀਂ ਕਰਦਾ ਸੀ ਬਾਕੀਆਂ ਬਾਰੇ ਗੱਲ ਕਰਦਾ ਸੀ ਸਾਡੇ ਗੁਰੂਆਂ ਨੇ ਸਾਡੇ ਫਲਸਫੇ ਨੇ ਸਾਨੂੰ ਇਹ ਸਿਖਾਇਆ ਪਰ ਹੁਣ ਬੰਦਾ ਇੰਨਾ ਸੈਲਫ ਸੈਂਟ੍ਰਿਕ ਹੋ ਗਿਆ ਕਿ ਉਹ ਨਿੱਕੀ ਜੀ ਗੱਲ ਦੀ ਟੋਲਰੈਂਸੀ ਨਹੀਂ ਹੈਗੀ ਉਹਦੇ 'ਚ। ਯਾਨੀ ਕੋਈ ਗੱਲ ਹੋ ਵੀ ਗਈ ਕੋਈ ਸੁਣ ਸਕਦਾ ਕੋਈ ਕਹਿ ਸਕਦਾ ਕੋਈ ਲੜ ਸਕਦਾ ਭਿੱੜ ਸਕਦਾ। ਗੋਲੀਆਂ ਚਲਾਉਣ ਤੱਕ ਦੀ ਨੌਬਤ ਆ ਜੇ ਪੰਜਾਬੀਆਂ ਨੂੰ ਸੋਚਣ ਦੀ ਲੋੜ ਆ ਇਹ ਸਮਝਣ ਦੀ ਲੋੜ ਆ ਕਿ ਪੰਜਾਬ ਦਾ ਕਿੰਨਾ ਬੇੜਾਗਰ ਕੋ ਚੁੱਕਿਆ। ਸਾਡਾ ਮਾਹੌਲ ਕਿੰਨਾ ਗੜਬੜਾ ਚੁੱਕਿਆ। ਕਿੱਧਰ ਨੂੰ ਜਾ ਰਿਹਾ ਪੰਜਾਬ ਇਹ ਸੋਚਣ ਦੀ ਲੋੜ ਆ। ਹਥਿਆਰ ਇਸ ਗੱਲ ਦੇ ਲਈ ਹੁੰਦਾ ਕਿ ਆਪਸ ਤੁਸੀਂ ਖੂਨੀ ਜੰਗਾਂ ਛੇੜ ਲਓ। ਇਹ ਖੂਨੀ ਜੰਗਾਂ ਪੰਜਾਬ ਦੀ ਤਬਾਹੀ ਵੱਲ ਲੈ ਕੇ ਜਾਣਗੀਆਂ ਪੰਜਾਬ ਨੂੰ ਲਿਆ ਰਹੀਆਂ ਨੇ ਪੰਜਾਬ ਜਾ ਰਿਹਾ ਹੈਗਾ ਜੇ ਅਜੇ ਵੀ ਕੋਈ ਨਾ ਸੰਭਲਿਆ ਨਾ ਸੋਚਿਆ ਮਾਪਿਆਂ ਨੇ ਸਮਾਜ ਨੇ ਸਾਡੇ ਇੰਸਟੀਚੂਨਾਂ ਨੇ ਸਾਡੀ ਪੁਲਿਸ ਨੇ ਸਾਡੇ ਐਡਮਿਨਿਸਟ੍ਰੇਸ਼ਨ ਨੇ ਸਾਡੀਆਂ ਸੰਸਥਾਵਾਂ ਨੇ ਧਰਮ ਗੁਰੂਆਂ ਨੇ ਸਭ ਨੂੰ ਮਿਲ ਬੈਠ ਕੇ ਸੋਚਣਾ ਪਏਗਾ ਕਿ ਭਾਈ ਕਿੱਧਰ ਜਾ ਰਿਹਾ ਪੰਜਾਬ ਜਿੱਧਰ ਨੂੰ ਜਾ ਰਿਹਾ ਪੰਜਾਬ ਉਹ ਤਬਾਹੀ ਦੇ ਰਾਹ ਪਿਆ ਹੋਇਆਗਾ ਇਹ ਘਟਨਾਵਾਂ ਨੂੰ ਘਟਨਾਵਾਂ ਵਾਂਗੂ ਨਾ ਦੇਖੋ ਇੱਕ ਘਟਨਾ ਦੇ ਤੌਰ ਤੇ ਨਾ ਦੇਖੋ ਇਹਨੂੰ ਇਨੂੰ ਕਿ ਟੋਟੈਲਿਟੀ ਚ ਦੇਖੋ ਕਿ ਪੰਜਾਬ ਦੇ ਬਾਰੇ ਕੀ ਕਹਿ ਰਹੀ ਹੈ ਘਟਨਾ ਇਹੋ ਜਿਹਾ ਬਣ ਗਿਆ ਪੰਜਾਬ ਆ ਹੌਲ ਹੋ ਗਿਆ ਪੰਜਾਬ ਦਾ ਉਹ ਜੀ ਗੱਲ ਕਰੀਏ ਇਹ ਤਾਂ ਇੱਕ ਘਟਨਾ ਜਿਹੜੀ ਅੰਮ੍ਰਿਤਸਰ ਦੇ ਵਿੱਚ ਵਾਪਰੀ ਹੈ ਹੋਰ ਵੀ ਕਈ ਅਜਈਆਂ ਘਟਨਾਵਾਂ ਵਾਪਰ ਰਹੀਆਂ ਨੇ ਕਤਲੋਗਾਰਤ ਵਧਦੀ ਜਾ ਰਹੀ ਹੈ ਕਾਰਨ ਕੀ ਰਹਿ ਰਹੇ ਨੇ ਇਹਦਾ ਕਿਉਂ ਜਾ ਰਹੇ ਕਿਉਂ ਹੋ ਰਿਹਾ ਇਹਦਾ ਮੈਨੂੰ ਲੱਗਦਾ ਹੈਗਾ ਕਿ ਇੱਕ ਤਾਂ ਯੂਥ ਦੇ ਅੰਦਰ ਹੁਣ ਮੋٹے ਤੌਰ ਦੇ ਉੱਤੇ ਜਿਹੜੀ ਹੁੰਦੀ ਹੈਗੀ ਵੈਸੇ ਤਾਂ ਬਹੁਤ ਸਾਰੇ ਕਾਰਨ ਹੁੰਦੇ ਨੇ ਵਾਈਲੈਂਸ ਦਾ ਕੋਈ ਕਾਰਨ ਨਹੀਂ ਹੁੰਦਾ ਵਾਇਲੈਂਟ ਹੋਣ ਦਾ ਕੋਈ ਕਾਰਨ ਨਹੀਂ ਹੁੰਦਾ ਉਹਦੇ ਸਾਈਕੋਲੋਜੀਕਲ ਕਾਰਨ ਵੀ ਹੁੰਦੇ ਨੇ ਸੋਸ਼ੀਓਲੋਜੀਕਲ ਵੀ ਆ ਹੁੰਦੇ ਨੇ ਹਿਸਟੋਰੀਕਲ ਵੀ ਹੁੰਦੇ ਨੇ ਪਰ ਮੋٹے ਤੌਰ ਤੇ ਮੈਨੂੰ ਲੱਗਦਾ ਜਿਹੜੀ ਇੱਕ ਫਰਸਟ੍ਰੇਸ਼ਨ ਆਈ ਹੋਈ ਹੈਗੀ ਨਾ ਜਿਹੜਾ ਸਹੀ ਟਾਈਮ ਤੇ ਸਹੀ ਮੌਕੇ ਨਾ ਮਿਲਣੇ ਸਹੀ ਕੰਮ ਨਾ ਮਿਲਣਾ ਤੁਹਾਡੇ ਕੋਲ ਇੱਕੋ ਗੱਲ ਹੁੰਦੀ ਹੈ ਕਿ ਤੁਸੀਂ ਕੰਮ ਕਰਕੇ ਆਪਣੀ ਨਰਜੀ ਨੂੰ ਚੈਨਲਾਈਜ਼ ਕਰ ਦਿਓ ਜਿਹੜੇ ਬੰਦੇ ਚ એનર્ਜੀ ਹੈ ਜੋ ਬੇਲਾ ਬੈਠਾ ਉਹ ਗੜਬੜ ਕਰੂਗਾ ਹੀ ਕਰੂਗਾ ਫਿਰ ਜਿਸ ਤਰ੍ਹਾਂ ਦਾ ਪੂਰਾ ਸੱਭਿਆਚਾਰਕ ਮਾਹੌਲ ਬਣਾਇਆ ਜਾ ਰਿਹਾ ਸੱਭਿਆਚਾਰਕ ਗਾਣੇ ਜਿਸ ਤ ਉਹ ਇਨਸਟੀਗੇਟ ਕਰਦੇ ਨੇ ਇਨਸਟੀਗੇਟ ਕਰਨਾ ਤਾਂ ਇੱਕ ਕ੍ਰਾਈਮ ਆ ਨਾ ਐਂਟਰੇਨਮੈਂਟ ਕਰਨਾ ਲੱਗਾ ਇਨਸਟੀਗੇਟ ਕਰਨਾ ਗੋਲੀਆਂ ਚਲਾਉਣ ਲਈ ਗੋਲੀਆਂ ਨੇ ਇਹ ਕਰਤਾ ਮੈਂ ਕਰਤਾ ਮੈਂ ਉਹ ਕਰਤਾ ਇਹ ਚੀਜ਼ਾਂ ਨੇ ਜਿਹੜੀਆਂ ਹਾਲਾਂਕਿ ਆ ਕਹਿੰਦੇ ਨੇ ਐਂਟਰੇਨਮੈਂਟ ਆ ਮੈਂ ਇਹੀ ਕਹਿ ਰਿਹਾ ਇੱਕ ਸਮਝਦਾਰ ਬੰਦਾ ਜਿਹੜਾ ਉਹ ਤਾਂ ਐਂਟਰੇਨਮੈਂਟ ਦੇ ਤੌਰ ਤੇ ਲਊ ਇਹਨੂੰ ਜਿਹੜਾ ਇੱਕ ਨਵਾਂ ਮੁੰਡਾਗਾ ਜਿਹਦੀ ਆਪਣੀ ਸਮਝ ਡਿਵੈਲਪ ਨਹੀਂ ਹੋਈ ਜਿਹੜਾ ਹਰ ਗੱਲ ਤੋਂ ਇੰਪ੍ਰੈਸ ਹੁੰਦਾ ਪ੍ਰਭਾਵਿਤ ਹੁੰਦਾ ਇਹ ਬਹੁਤ ਟਾਈਮ ਬਾਅਦ ਬੰਦਾ ਹੁੰਦਾਗਾ ਕਿ ਉਹ ਚੀਜ਼ਾਂ ਤੋਂ ਪ੍ਰਭਾਵਿਤ ਨਾ ਹੋਵੇ ਜਦੋਂ ਉਹਦਾ ਮਾਈਂਡ ਆਪਣਾ ਬਣ ਜਾਂਦਾ ਜਦੋਂ ਉਹ ਆਪਣਾ ਐਨਾਲਿਸਿਸ ਕਰਨ ਲੱਗ ਜਾਂਦਾ ਨਹੀਂ ਹਰ ਬੰਦਾ ਹਰ ਚੀਜ਼ ਤੋਂ ਪ੍ਰਭਾਵਿਤ ਹੁੰਦਾ ਅਟਰੈਕਟਿਵ ਚੀਜ਼ਾਂ ਤੋਂ ਲੋਕ ਹਮੇਸ਼ਾ ਪ੍ਰਭਾਵਿਤ ਹੁੰਦੇ ਨੇ ਉਹ ਪ੍ਰਭਾਵ ਗਾਣਿਆਂ 'ਚ ਵੀ ਐ ਉਹ ਪ੍ਰਭਾਵ ਹਥਿਆਰਾਂ 'ਚ ਵੀ ਐ ਫਿਲਮਾਂ 'ਚ ਵੀ ਐ ਇਹ ਸਾਰੀਆਂ ਚੀਜ਼ਾਂ ਤੋਂ ਬਚਣਾ ਜ਼ਰੂਰੀ ਹੈਗਾ ਇਹ ਸਾਰੀਆਂ ਗੱਲਾਂ ਤੇ ਮੈਂ ਕਹਣਾਗਾ ਕਿ ਇੱਕ ਤਾਂ ਉਹ ਜਦੋਂ ਜਿਹੜੇ ਯੂਥ ਨੂੰ ਗਰਾਊਂਡ 'ਚ ਹੋਣਾ ਚਾਹੀਦਾ ਕੰਮ ਤੇ ਹੋਣਾ ਚਾਹੀਦਾ ਨਾ ਤਾਂ ਉਹ ਗਰਾਊਂਡ 'ਚ ਆ ਤੇ ਨਾ ਕੰਮ ਤੇ ਆ ਫਿਰ ਉਹਨੂੰ ਇਹ ਬਾਈਆਂ ਵਾਲਾ ਜਿਹੜਾ ਕਲਚਰ ਆ ਗਿਆ ਕਿ ਫਲਾਨਾ ਬਾਈ ਮੈਨੂੰ ਜਾਣਦਾ ਧੌਂਕਾ ਬਾਈ ਮੈਨੂੰ ਜਾਣਦਾ ਉਹਦੇ ਉਸ ਤੋਂ ਵਿੱਚ ਇਹ ਹੁੰਦਾ ਮੈਨੂੰ ਤਾਂ ਫਲਾਨਾ ਜਾਣਦਾ ਮੈਨੂੰ ਤਾਂ ਪੋਲਿਟਿਕਲ ਜਿਹੜੀ ਪੈਟਰਨੇਜੇਸ਼ਨ ਆ ਉਹ ਵੀ ਇੱਕੇ ਦਾ ਕਾਰਨ ਆ ਥੋੜੇ ਜੇ ਕਿਸੇ ਲੀਡਰ ਨਾਲ ਤੁਹਾਡੇ ਲਿੰਕ ਹੋਣ ਤੁਹਾਨੂੰ ਲੱਗਦਾ ਸਾਨੂੰ ਤਾਂ ਉਹ ਛਡਾ ਲੂਗਾ ਕਿਸੇ ਨੇ ਨਹੀਂ ਛਡੋਣਾ ਹੁੰਦਾ ਬਾਅਦ ਚ ਤੁਹਾਡਾ ਫਿਊਚਰ ਤਬਾਹ ਹੋ ਜਾਂਦਾ ਆ ਜਿਹੜੇ ਮੁੰਡਿਆਂ ਨੇ ਗੋਲੀਆਂ ਮਾਰੀਆਂ ਇਹਨਾਂ ਦਾ ਵੀ ਤਬਾਹ ਹੋ ਜੂ ਜਿਨ੍ਹਾਂ ਦੇ ਵਿਚਾਰੇ ਚਲੇ ਗਏ ਉਹਨਾਂ ਦਾ ਤਬਾਹ ਹੋਈ ਹੀ ਆ ਕੋਈ ਕਿੱਡਾ ਕਰੌਲਾ ਸੀਗਾ ਇਹ ਜਿੱਡਾ ਮਰਜ਼ੀ ਰੌਲਾ ਹੋਵੇ ਫੇਰ ਵੀ ਤਾਂ ਮੈਨੂੰ ਲੱਗਦਾਗਾ ਕਿ ਪੰਜਾਬ ਦੀ ਬਰਬਾਦੀ ਦੀ ਇਬਾਰਤ ਲਿਖੀ ਜਾ ਰਹੀ ਹੈ ਜੇ ਅਸੀਂ ਨਾ ਇਹ ਸਾਰਿਆਂ ਨੇ ਸੋਚਿਆ ਨਾ ਇਹ ਰੋਕਿਆ ਤਾਂ ਪੰਜਾਬ ਬਹੁਤ ਵੱਡੇ ਸਵਾਲ ਸਭ ਨੂੰ ਕਰੇਗਾ ਕਿ ਜਦੋਂ ਇਹ ਹੋ ਰਿਹਾ ਸੀ ਤੁਸੀਂ ਕਿੱਥੇ ਸੀਗੇ ਔਰ ਇਹ ਗੱਲ ਸਾਰਿਆਂ ਨੂੰ ਸੋਚਣ ਦੀ ਲੋੜ ਆ ਜਿਹੜੀ ਨਵੀਂ ਪੀੜ੍ਹੀ ਆ ਉਹਦੇ ਨਾਲ ਅੰਗੇਜ ਹੋਣ ਦੀ ਲੋੜ ਆ ਜੇ ਕੋਈ ਕਹਿੰਦਾ ਜੀ ਇੰਟਰਟੇਨਮੈਂਟ ਹਥਿਆਰ ਨੇ ਤਾਂ ਹਥਿਆਰ ਹੀ ਬੰਦ ਕਰ ਦੋ ਅਸੀਂ ਗਾਣੇ ਗਾਣੇ ਬੰਦ ਕਰ ਦਾਂਗੇ ਸ਼ਰਾਬ ਹੀ ਬੰਦ ਕਰ ਦੋ ਅਸੀਂ ਸ਼ਰਾਬ ਦੇ ਗਾਣੇ ਗਾਣੇ ਬੰਦ ਕਰ ਦਾਂਗੇ ਇਹ ਇੱਕ ਲੰਬੀ ਡਿਸਕਸ਼ਨ ਆ ਇੱਕ ਵੱਡੀ ਡਿਸਕਸ਼ਨ ਆ ਇਹ ਵਾਕਈ ਕਲਚਰ ਦੇ ਉੱਤੇ ਬੈਨ ਲੱਗਣਾ ਬੈਨ ਲੱਗਣ ਦਾ ਕੋਈ ਮਸਲੇ ਦਾ ਹੱਲ ਨਹੀਂ ਹੁੰਦਾ ਬੈਨ ਕਿਸੇ ਮਸਲੇ ਦਾ ਹੱਲ ਨਹੀਂ ਹੋ ਸਕਦਾ ਪਰ ਸਮਝ ਇਕ ਬਣਾਉਣ ਦੀ ਲੋੜ ਆ ਕਿ ਜਿਹੜੀ ਨਵੀਂ ਪੀੜ੍ਹੀ ਆ ਜਿਹੜੀ ਇਨਸਟੀਗੇਟ ਹੁੰਦੀ ਹੈ ਇਹਦੇ ਨਾਲ ਕੀ ਕੀ ਸੰਵਾਦ ਹੋਵੇ ਕੀ ਕਿਤਾਬਾਂ ਨਾਲ ਵੀ ਉਹਨੀ ਜੁੜ ਸਕਦੀ ਹੈ ਜਿੰਨੀ ਇਸ ਤਰ੍ਹਾਂ ਦੇ ਇਹ ਇਨਸਟੀਗੇਸ਼ਨ ਵਾਲੇ ਗਾਣਿਆਂ ਨਾਲ ਜੁੜਦੀ ਹੈ ਇਹ ਸਾਡੇ ਸਾਰਿਆਂ ਸਾਹਮਣੇ ਸਵਾਲ ਕਿਉਂ ਨਹੀਂ ਆ ਕਿ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਕਿੰਨੇ ਬੰਦੇ ਜੁੜੇ ਹੋਏ ਨੇ ਮੱਥਾ ਤਾਂ ਸਾਰੇ ਟੇਕਦੇ ਆ ਪੜਨਾ ਗੁਰਬਾਣੀ ਨੂੰ ਸਮਝਣਾ ਉਹ ਕਿੰਨੇ ਬੰਦੇ ਨੇ ਇਹ ਸਾਰੇ ਜਿਹੜੇ ਮਸਲੇ ਨੇ ਜੋ ਤੱਕ ਸਾਡੇ ਸਾਹਮਣੇ ਨਹੀਂ ਹੋਣਗੇ ਉਦੋਂ ਤੱਕ ਫਿਰ ਆਹ ਜਿਹੜੇ ਰਿਜ਼ਲਟ ਨੇ ਜਿਹੜੀਆਂ ਚੀਜ਼ਾਂ ਵਾਪਰ ਰਹੀਆਂ ਨੇ ਇਸੇ ਤਰ੍ਹਾਂ ਵਾਪਰਦੇ ਰਹਿਣਗੀਆਂ ਕੋਈ ਕਿਸੇ ਦੇ ਗੋਲੀ ਮਾਰ ਦੇਗਾ ਕੋਈ ਕਿਸੇ ਤੇ ਹਮਲਾ ਕਰ ਦੇਗਾ ਜਿਸ ਤਰੀਕੇ ਦੇ ਨਾਲ ਧੜਾ ਧੜ ਗੋਲੀਆਂ ਚਲਾ ਦਿੱਤੀਆਂ ਗਈਆਂ ਸੀ ਉਹ ਸੀਸੀਟੀਵੀ ਫੁਟੇਜ ਦੇਖੀ ਕਿੰਨੀ ਸ਼ਰਮਨਾਕ ਗੱਲ ਲੱਗਿਓ ਤਾਂ ਜ਼ਰੂਰ ਇਹਨਾਂ ਮਗੱਲਾਂ ਦੇ ਉੱਤੇ ਸੋਚਣ ਦੀ ਲੋੜ ਹੈ। ਉਹੀ ਅਜਿਹੇ ਘਟਨਾਵਾਂ ਨੂੰ ਰੋਕਣ ਦੇ ਲਈ ਸਰਕਾਰ ਨੂੰ, ਸਮਾਜ ਨੂੰ, ਪਰਿਵਾਰਾਂ ਨੂੰ ਕਰਨਾ ਕੀ ਚਾਹੀਦਾ ਤਾਂ ਜੋ ਕਿ ਇਹਨਾਂ ਦਾ ਹੱਲ ਹੋ ਸਕੇ। ਦੇਖੋ ਇੱਕ ਤਾਂ ਮੈਨੂੰ ਲੱਗਦਾਗਾ ਕਿ ਚਾਹੇ ਸਾਡੇ ਧਰਮਗੁਰੂ ਨੇ, ਸਾਡੀਆਂ ਧਾਰਮਿਕ ਸੰਸਥਾਵਾਂ ਨੇ, ਚਾਹੇ ਸਾਡੇ ਸਮਾਜਿਕ ਕਾਰਕੁਨ ਨੇ ਜਿਹੜੇ ਵੀ ਬੰਦੇ ਫਿਕਰਮੰਦ ਨੇ ਆਪਣੀ ਕੌਮ ਲਈ, ਜਿਹੜੇ ਕੌਮ ਦਾ ਫਿਊਚਰ ਦੇਖਣਾ ਚਾਹੁੰਦੇ ਨੇ, ਉਹਨਾਂ ਨੂੰ ਇਹ ਗੱਲਾਂ 'ਚ ਇਕੱਠੇ ਹੋਣਾ ਚਾਹੀਦਾ। ਉਹਨਾਂ ਨੂੰ ਉਹਨਾਂ ਤੱਕ ਇਹ ਗੱਲ ਜਾਣੀ ਚਾਹੀਦੀ ਆ ਭਾਈ ਜੇ ਤੋ ਇਹ ਗਾਣੇ ਆ ਵੀ ਗਏ ਐਂਟਰਟੇਨਮੈਂਟਾਂ ਅੰਬ੍ਰੈਸ ਨਹੀਂ ਹੋਣਾ ਇਹ ਤੋਂ ਅਸਲ ਗੱਲ ਇਹ ਨਹੀਂ ਹੈਗੀ ਅਸਲ ਹੀਰੋ ਇਹ ਨਹੀਂ ਹੈਗੇ ਫਿਲਮਾਂ ਵਾਲੇ ਜਾਂ ਗਾਣੇ ਵਾਲੇ ਅਸਲ ਹੀਰੋ ਸਾਡੇ ਗੁਰੂ ਸਾਹਿਬ ਨੇ ਸਾਡੇ ਨਾਇਕ ਨੇ ਦੁੱਲਾ ਭੱਟੀ ਵਰਗੇ ਸਾਡੇ ਨਾਇਕਾਂ ਨੂੰ ਸਾਡੇ ਗੁਰੂਆਂ ਨੂੰ ਪੀਰਾਂ ਨੂੰ ਪੈਗੰਬਰਾਂ ਨੂੰ ਰੇਸ਼ੀਆਂ ਨੂੰ ਮੂਨੀਆਂ ਨੂੰ ਜਦੋਂ ਅਸੀਂ ਉਹਨਾਂ ਦੇ ਫਲਸਫੇ ਨਾਲ ਨਹੀਂ ਜੁੜਾਂਗੇ ਉਹਨਾਂ ਨੂੰ ਯਾਦ ਨਹੀਂ ਕਰਾਂਗੇ ਜੋ ਉਹਨਾਂ ਨੇ ਸਹੀ ਰਾਹ ਦਿਖਾਇਆ ਫਿਰ ਇਧਰ ਨੂੰ ਚੀਜ਼ਾਂ ਜਾਣਗੇ ਇਹ ਸਾਰਿਆਂ ਦਾ ਇੱਕ ਰੋਲ ਬਣੂਗਾ ਮਾਪਿਆਂ ਤੋਂ ਲੈ ਕੇ ਪੁਲਿਸ ਤੋਂ ਲੈ ਕੇ ਸੰਸਥਾਾਂ ਤੋਂ ਲੈ ਕੇ ਸਮਾਜਿਕ ਕਾਰਕੁਨਾਂ ਤੋਂ ਲੈ ਕੇ ਇਹ ਸਾਰੇ ਲੋਕਾਂ ਦਾ ਇੱਕ ਰੋਲ ਬਣੇਗਾ ਜਦੋਂ ਚੀਜ਼ਾਂ ਸਹੀ ਟਰੈਕ 'ਵਲ ਜਾਣੀਆਂ ਹੋਣੀਆਂ ਉਹ ਇੱਕ ਲਹਿਰ ਖੜੀ ਕਰਨੀ ਪਏਗੀ ਲਹਿਰ ਦਾ ਮਤਲਬ ਕਿ ਇੱਕ ਸੋਸ਼ਲ ਮੂਵਮੈਂਟ ਅਵੇਅਰਨੈਸ ਦੀ ਮੂਵਮੈਂਟ ਚੇਤਨਾ ਦੀ ਲਹਿਰ ਇੱਕ ਚੇਤਨਾ ਆਏਗੀ ਲੋਕਾਂ 'ਚ ਕਿ ਨਹੀਂ ਪਈ ਜ ਜਿਨ੍ਹਾਂ ਦੇ ਪੁੱਤ ਮਰੇ ਨੇ ਉਹਨਾਂ ਤੋਂ ਪੁੱਛ ਕੇ ਦੇਖੋ ਬਾਕੀ ਬੰਦੇ ਬੜਾ ਗਿਆਨ ਦੇ ਸਕਦੇ ਐ ਇਸ ਮਸਲੇ ਤੇ ਇਹ ਤਾਂ ਹੁੰਦੀ ਹੁੰਦਾ ਜੀ ਐਂ ਤਾਂ ਸਮਾਜ 'ਚ ਹੁੰਦੀ ਐ ਕ੍ਰਾਈਮ ਤਾਂ ਹੁੰਦੀ ਐ ਐ ਨਹੀਂ ਹੁੰਦਾ ਸਾਡੇ ਜਿਸ ਤਰੀਕੇ ਨਾਲ ਕ੍ਰਾਈਮ ਵੱਧ ਰਿਹਾ ਜੋ ਦੀ ਟ੍ਰੈਂਡੈਂਸੀ ਐ ਔਰ ਜੋ ਜਿੰਨੀ ਤੇਜ਼ੀ ਨਾਲ ਵੱਧ ਰਿਹਾ ਔਰ ਸਾਡੇ ਯੂਥ ਦਾ ਜੋ ਹਾਲ ਆਗਾ ਇਹਦੇ ਤੇ ਸਾਨੂੰ ਗੱਲ ਕਰਨੀ ਪੈਗੀ ਇਸ ਗੱਲ ਤੋਂ ਖੜਾ ਨਹੀਂ ਛੜਾ ਸਕਦੇ ਕ੍ਰਾਈਮ ਤਾਂ ਹੁੰਦੇ ਇਸ ਸਾਡੀ ਚ ਆਰਗੇਨਾਈਜ਼ਡ ਕ੍ਰਾਈਮ ਸਾਡੇ ਬਹੁਤ ਵੱਧ ਗਿਆ ਕੋਈ ਰਾਹ ਨਹੀਂ ਲੱਭਦਾ ਮੁੰਡੇ ਕਿੱਧਰ ਨੂੰ ਜਾ ਕੇ ਕੋਈ ਗੈਂਗਸਟਰ ਬਣ ਰਿਹਾ ਕੋਈ ਕੁਛ ਬਣ ਰਿਹਾ ਕੋਈ ਕੁਛ ਬਣ ਰਿਹਾ ਇਹ ਚੀਜ਼ਾਂ ਦੇ ਬਾਰੇ ਸਾਨੂੰ ਸੋਚਣਾ ਪਊਗਾ ਜੇ ਅਸੀਂ ਸਾਰੇ ਸੋਚਾਂਗੇ ਨਹੀਂ ਅਸੀਂ ਨਹੀਂ ਕਹਿੰਦਾ ਕੋਈ ਜੇ ਅਸੀਂ ਗੱਲ ਕਹਦੀ ਕਿ ਅਸੀਂ ਵਿਦਵਾਨ ਆ ਸਾਨੂੰ ਪਤਾ ਸਾਰੀ ਗੱਲ ਦਾ ਇੱਥੇ ਸਾਰੀ ਗੱਲ ਕਿਸੇ ਨੂੰ ਵੀ ਨਹੀਂ ਪਤਾ ਹੋ ਸਕਦੀ ਪਰ ਸਾਰਿਆਂ ਕੋਲ ਥੋੜੀ ਥੋੜੀ ਗੱਲ ਹੈਗੀ ਆ ਉਹ ਸਾਰੇ ਅਗਰ ਬੈਠਣ ਤਾ ਕੋਈ ਨਾ ਕੋਈ ਰਾਮ ਨੂੰ ਲੱਗਦਾ ਜ਼ਰੂਰ ਨਿਕਲੇ। ਤਮਰਸਰ ਦੇ ਵਿੱਚ ਵਾਪਰੀ ਘਟਨਾ ਬੇहद ਮਾੜੀ ਘਟਨਾ ਹੈ ਜਿਸ ਨੂੰ ਕਿ ਸਰਕਾਰਾਂ ਨੂੰ ਸਬਕ ਲੈਣਾ ਚਾਹੀਦਾ ਹੈ ਤੇ ਨੌਜਵਾਨ ਪੀੜ੍ਹੀ ਦੇ ਲਈ ਚੰਗੇ ਕਦਮ ਚੁੱਕਣੇ ਚਾਹੀਦੇ ਨੇ ਤਾਂ ਜੋ ਕਿ ਪੰਜਾਬ ਦੇ ਵਿੱਚ ਹੋ ਰਹੀ ਅਜਹੀ ਕਤਲੋਗਾਰਦ ਨੂੰ ਰੋਕਿਆ ਜਾ ਸਕੇ।